ਰਹੇ ਹਾਂ ਅਤੇ ਸਾਡੇ ਨਾਲ ਮੌਜੂਦ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਗੱਲਬਾਤ ਕਰਦੇ ਹਾਂ ਸਿਰਸਾ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਨਨਕਾਣਾ ਸਾਹਿਬ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਇਨਸਾਨ ਆਪਣੀ ਜ਼ਿੰਦਗੀ 'ਚ ਅਗਰ ਕੋਈ ਸਭ ਤੋਂ ਅੱਛਾ ਸੁਪਨਾ ਦੇਖ ਸਕਦਾ ਹੋਵੇ, ਜਾਗਦੇ ਅਗਰ ਸਭ ਤੋਂ ਅੱਛੀ ਕੁਛ ਕਲਪਨਾ ਕਰ ਸਕਦਾ ਹੋਵੇ, ਉਹ ਵੀ ਇਹ ਕਲਪਨਾ ਨਹੀਂ ਕਰ ਸਕਦਾ ਜੋ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਕੇ ਜੋ ਇੱਕ ਰੂਹ ਦੀ ਤ੍ਰਿਪਤੀ ਹੋਈ ਆ। ਇਹ ਮਹਿਸੂਸ ਹੋ ਰਿਹਾ ਹੈ ਕਿ ਦੁਨੀਆ ਦਾ ਸਭ ਤੋਂ ਬਿਹਤਰੀਨ ਪਲ ਇਹ ਆ ਜਦੋਂ 550 ਸਾਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਪੂਰੀ ਕਾਇਨਾਤ ਮਨਾ ਰਹੀ ਹੋਵੇ, ਜਗਮਗ ਹੋਵੇ ਉਹਦੇ ਅੰਦਰ, ਉਸਦੇ ਆਗਮਨ ਦੀ ਖੁਸ਼ੀਆਂ ਦੇ ਅੰਦਰ, ਉਸ ਵੇਲੇ ਤੁਹਾਨੂੰ ਉਸ ਮੁਕੱਦਸ ਸਥਾਨ ਦੇ ਜਿਸ ਦੀ ਮਿੱਟੀ ਦੀ ਦਰਸ਼ਨਾਂ ਨੂੰ ਦੁਨੀਆ ਲੋਚਦੀ ਹੋਵੇ, ਜਿਸ ਦੀ ਖੁਸ਼ਬੂ ਨੂੰ ਦੁਨੀਆ ਲੋਚਦੀ ਹੋਵੇ, ਤੁਹਾਨੂੰ ਆਪਣੇ ਅੱਖਿਆਂ ਨਾਲ ਉਸ ਸਥਾਨ ਦੇ ਦਰਸ਼ਨ ਹੋ ਜਾਣ, ਜਿਹਦੇ ਵਾਸਤੇ 70 ਸਾਲ ਤੋਂ ਰੋਜ਼ ਅਰਦਾਸਾਂ ਕੀਤੀਆਂ ਜਾ ਰਹੀਆਂ ਹੋਣ। ਕੱਲ੍ਹ ਨੂੰ ਨਗਰ ਕੀਰਤਨ ਸਜਾਏ ਜਾਣ ਦੀ ਜਿਹੜੀ ਹੈ ਉਹ ਇੱਥੇ ਚਰਚਾ ਚੱਲ ਰਹੀ ਹੈ, ਹੈ ਨਾ, ਪਰ ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਪਰਮਿਸ਼ਨ ਨਹੀਂ ਮਿਲੀ, ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ, ਮੈਨੂੰ ਬੜੀ ਹਾਸੋਹੀਣੀ ਗੱਲ ਲੱਗਦੀ ਆ, ਪਰਮਿਸ਼ਨ ਕਿਹਦੇ ਤੋਂ ਲੈਣੀ ਸੀ? ਦੋ ਹੀ ਮੁਲਕ ਸੀਗੇ, ਭਾਰਤ ਦੀ ਸਰਕਾਰ ਨੂੰ ਲਿਖ ਕੇ ਦਿੱਤਾ, ਪਾਕਿਸਤਾਨ ਸਰਕਾਰ ਨੂੰ ਲਿਖ ਕੇ ਦਿੱਤਾ। ਭਾਰਤ ਦੀ ਸਰਕਾਰ ਨੇ ਪਾਕਿਸਤਾਨ ਨੂੰ ਲਿਖਿਆ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ, ਇਸੇ ਵਾਸਤੇ ਸਾਨੂੰ 550 ਵੀਜ਼ੇ ਦਿੱਤੇ ਗਏ, ਇਸੇ ਵਾਸਤੇ ਸਾਨੂੰ ਇੱਥੇ ਭੇਜਿਆ ਗਿਆ, ਅਸੀਂ ਤਾਂ ਹੋਰ ਕਿਸੇ ਪਰਪਸ ਦੀ ਵੀਜ਼ਾ ਮੰਗਿਆ ਨਹੀਂ। ਗੁਰਦੁਆਰਾ ਪ੍ਰਬੰਧਕ ਕਮੇਟੀ ਚਿੱਠੀ ਲਿਖ ਕੇ ਭੇਜਿਆ ਵੀ ਤੁਸੀਂ ਆਓ। ਇੱਕ ਪਾਸੇ ਤਾਂ ਦਿੱਲੀ 'ਚ ਬੈਠ ਕੇ ਸਰਦਾਰ ਪਰਮਜੀਤ ਸਰਨਾ ਕਹਿੰਦੇ ਆ ਕਿ ਨਗਰ ਕੀਰਤਨ ਦੀ ਪਰਮਿਸ਼ਨ ਦੀ ਲੋੜ ਹੀ ਨਹੀਂ ਹੁੰਦੀ ਕਿਸੇ ਨੂੰ ਖੱਡਣ ਵਾਸਤੇ, ਕੌਣ ਰੋਕ ਸਕਦਾ ਹੈ? ਜੋ ਸਾਡੀ ਵਾਰੀ ਆਉਂਦੀ ਆ ਤਾਂ ਉੱਥੇ ਬਹਿ ਕੇ ਬਿਆਨ ਦਿੰਦੇ ਨੇ ਕਿ ਪਰਮਿਸ਼ਨ ਨਹੀਂ ਹੈਗੀ। ਮੈਨੂੰ ਸਮਝ ਨਹੀਂ ਆ ਰਿਹਾ, ਇਹ ਗੁਰੂ ਨਾਨਕ ਦੇਵ ਦੇ ਦਰ 'ਤੇ ਆ। ਤੁਸੀਂ ਇੱਥੇ ਆਏ ਹੋ, ਤੁਹਾਡੇ ਨਾਲ ਇੱਕ ਛੋਟਾ ਵਿਵਾਦ ਵੀ ਜੁੜਿਆ, ਜਿਸ ਨੂੰ ਛੋਟਾ ਨਹੀਂ ਵੱਡਾ ਵੀ ਕਹਿ ਸਕਦੇ ਹਾਂ, ਕਿਉਂਕਿ ਜਿਹੜੀਆਂ ਤੁਹਾਡੀਆਂ ਤਸਵੀਰਾਂ ਨੇ ਗੋਪਾਲ ਸਿੰਘ ਚਾਵਲਾ ਦੇ ਨਾਲ ਵਾਇਰਲ ਹੋਈਆਂ ਸੋਸ਼ਲ ਮੀਡੀਆ 'ਤੇ, ਕੀ ਕਹਿਣਾ ਇਸ ਬਾਰੇ ਤੁਹਾਡਾ? ਇਹ ਪਹਿਲਾਂ ਮੈਂ ਨਗਰ ਕੀਰਤਨ ਦੀ ਗੱਲ ਤੋਂ ਦੱਸਣਾ ਚਾਹੁੰਦਾ ਹਾਂ ਕਿ ਜੋ ਅਸੀਂ ਨਗਰ ਕੀਰਤਨ ਵਾਸਤੇ ਆਏ ਹਾਂ, ਸਾਡਾ ਹੋਰ ਕੋਈ ਪਰਪਸ ਨਹੀਂ ਸੀ ਇੱਥੇ ਆਉਣ ਦਾ। ਇਹ ਦੁਨੀਆ ਦਾ ਇੱਕ ਐਸਾ ਨਜ਼ਾਰਾ ਹੋਊਗਾ ਜੋ ਕਦੀ ਕਿਸੇ ਨੇ ਕਲਪਨਾ ਹੀ ਨਹੀਂ ਕੀਤੀ ਹੋਊਗੀ ਇਸ ਨਜ਼ਾਰੇ ਦੀ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਮਹਾਨ ਸਥਾਨ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਨਮ ਸਥਾਨ ਆ, ਉੱਥੋਂ ਆਪਣੀ ਸਵਾਰੀ ਸੁਸ਼ੋਭਿਤ ਹੋ ਕੇ ਅਤੇ ਭਾਰਤ ਵੱਲ ਨੂੰ ਕੂਚ ਕਰਨਗੇ। ਤੁਸੀਂ ਸੋਚੋ, ਕਲਪਨਾ ਕਰੋ ਕਿ ਉਸਦਾ ਨਜ਼ਾਰਾ ਕੈਸਾ ਹੋ ਸਕਦਾ, ਉਹ ਸੰਗਮ ਕੈਸਾ ਹੋ ਸਕਦਾ ਹੈ। ਕਿਆ ਕਿਸੇ ਨੇ ਆਪਣੀ ਜ਼ਿੰਦਗੀ ਦੀ ਆਪਣੀ ਅੱਖਾਂ ਨਾਲ ਐਸਾ ਨਜ਼ਾਰਾ ਦੇਖਿਆ ਹੋਊਗਾ? ਮੈਂ ਦਾਅਵੇ ਨਾਲ ਕਹਿ ਸਕਦਾ ਨਾ ਕਿਸੇ ਨੇ ਐਸੇ ਨਜ਼ਾਰੇ ਦੀ ਕਲਪਨਾ ਕੀਤੀ ਹੋਊਗੀ, ਨਾ ਦੇਖਿਆ ਹੋਊਗਾ, ਨਾ ਦੁਬਾਰਾ ਜ਼ਿੰਦਗੀ 'ਚ ਦੇਖਿਆ ਜਾ ਸਕੂਗਾ। ਬਿਲਕੁਲ, ਜਿਹੜਾ ਨਗਰ ਕੀਰਤਨ ਹੈ, ਜੇ ਨਗਰ ਕੀਰਤਨ ਸਜਾਇਆ ਜਾਂਦਾ ਹੈ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਾਮਿਲ ਹੋਣਾ ਹੈ, ਉਹ ਆਪਸੀ ਮੁਹੱਬਤ ਨੂੰ ਵਧਾਏਗੀ। ਜਿਹੜਾ ਕਰਤਾਰਪੁਰ ਲਾਂਘਾ ਹੈ ਉਹ ਵੀ ਖੁੱਲ੍ਹ ਰਿਹਾ ਹੈ, ਅਤੇ ਲੋਕਾਂ ਦੇ ਮਨਾਂ ਵਿੱਚ ਆਸ ਹੈ ਕਿ ਉਹ ਖੁੱਲ੍ਹੇ ਦਰਸ਼ਨ ਦੁਆਰੇ ਜਿਹੜੀ ਅਰਦਾਸ ਕਰਦੇ ਆ ਉਹ ਦਰਸ਼ਨ ਕਰ ਸਕਣਗੇ। ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਗੋਪਾਲ ਸਿੰਘ ਚਾਵਲਾ ਵਾਲੀ, ਉਸ ਬਾਰੇ ਤੁਹਾਡਾ ਆਪਣਾ ਸਪਸ਼ਟੀਕਰਨ ਦੇ। ਦੇਖੋ, ਮੈਂ ਕੱਲ੍ਹ ਜਦੋਂ ਇੱਥੇ ਆਇਆ ਹਾਂ, ਮੈਂ ਅੰਦਰ ਚਾਹ ਪੀ ਰਿਹਾ ਸੀਗਾ ਕਮਰੇ 'ਚ ਬੈਠਾ ਆਫਿਸ ਅੰਦਰ, ਅਤੇ ਮੈਂ ਦੇਖਿਆ ਗੋਪਾਲ ਸਿੰਘ ਚਾਵਲਾ ਚੱਲ ਕੇ ਅੰਦਰ ਆ ਰਿਹਾ। ਮੈਂ ਤੁਰੰਤ ਆਪਣਾ ਚਾਹ ਦਾ ਕੱਪ ਛੱਡ ਕੇ ਅਤੇ ਉੱਠ ਕੇ ਬਾਹਰ ਚੱਲ ਪਿਆ, ਕਿਉਂਕਿ ਮੈਨੂੰ ਪਤਾ ਉਹਨੇ ਵਿਵਾਦ ਖੜ੍ਹੇ ਕਰਨਾ ਉਹਦਾ ਮਕਸਦ ਹੁੰਦਾ। ਉਹ ਮੇਰੇ ਪਿੱਛੇ ਪਿੱਛੇ ਆ ਰਿਹਾ, ਮੈਨੂੰ ਕਹਿੰਦਾ ਸਾਡੇ ਲਈ ਕੋਈ ਸੇਵਾ ਦੱਸੋ। ਮੈਂ ਕਿਹਾ ਖਾਲਸਾ ਜੀ, ਬਹੁਤ ਧੰਨਵਾਦ ਤੁਹਾਡਾ। ਮੈਂ ਕਹਿ ਕੇ ਆਪਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਗਿਆ, ਪਰ ਮੈਨੂੰ ਪਤਾ ਸੀ ਜਲਵੰਦਰ ਵੜਦਾ ਪਿਆ ਆਪਣੇ ਗਨਮੈਨ ਦੇ ਕੰਨ 'ਚੋਂ ਕਹਿ ਰਿਹਾ ਸੀਗਾ, ਔਰ ਉਹ ਇਹਨਾਂ ਦੀ ਫੋਟੋ ਖਿੱਚੀ। ਇਹ ਹੀ ਉਹਦਾ ਪਰਪਸ ਸੀਗਾ। ਦੇਖੋ, ਗੁਰੂ ਦਾ ਸਿੱਖ ਸੱਚਾ ਸਿੱਖ ਹੋਵੇ, ਉਹਦਾ ਪਰਪਸ ਹੀ ਹੋਵੇ ਕਿ ਮੈਂ ਦੂਜਾ ਆਇਆ ਉਹਨੂੰ ਅੰਬੈਰਸ ਕਰਾਂ, ਉਹਦੇ ਲਈ ਪਰੇਸ਼ਾਨੀ ਖੜੀ ਕਰਾਂ, ਉਹ ਗੁਰੂ ਦਾ ਸੱਚਾ ਸਿੱਖ ਨਹੀਂ ਹੋ ਸਕਦਾ। ਸਾਡੇ ਕੋਲ ਆਉਂਦੇ ਨੇ, ਸਾਡੇ ਮੁਲਕ ਅੰਦਰ ਅਸੀਂ ਉਹਨਾਂ ਦੇ ਅੱਗੇ ਸੀਸ ਨਵਾਉਂਦੇ ਹਾਂ। ਸਾਡੇ ਲਈ ਇਹ ਉਹ ਭਾਗਾਂ ਵਾਲਾ ਸਮਾਂ ਹੁੰਦਾ ਹੈ ਜਿਹਨੂੰ ਕੋਈ ਪਾਕਿਸਤਾਨ ਤੋਂ ਚੱਲ ਕੇ ਇਸ ਮੁਕੱਦਸ ਧਰਤੀ ਤੋਂ ਆਉਂਦਾ ਹੈ, ਕਿਉਂਕਿ ਮੈਂ ਸਮਝਦਾ ਮੇਰੇ ਮਾਲਕ ਦੀ ਧਰਤੀ ਤੋਂ ਆਇਆ, ਉਸ ਸਥਾਨ ਤੋਂ ਆਇਆ ਜਿਸ ਦੀ ਅਸੀਂ ਰੋਜ਼ ਪੂਜਾ ਕਰਦੇ ਹਾਂ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਪੰਜਾਬ ਤੋਂ, ਭਾਰਤ ਤੋਂ ਜਿੰਨੇ ਵੀ ਸਿੱਖ ਆਗੂ ਇੱਥੇ ਆਉਂਦੇ ਨੇ, ਉਹਨਾਂ ਦੇ ਨਾਲ ਗੋਪਾਲ ਸਿੰਘ ਚਾਵਲਾ ਦੇ ਵੱਲੋਂ ਜਾਣਬੁੱਝ ਕੇ ਇੱਦਾਂ ਕੀਤਾ ਜਾਂਦਾ? ਜਾਣਬੁੱਝ ਕੇ
ਜੇ ਤੁਸੀਂ ਮੈਨੂੰ ਮਿਲਣਾ ਹੈ ਤਾਂ ਤੁਹਾਨੂੰ ਮਿਲਣ ਤੋਂ ਕੌਣ ਰੋਕ ਸਕਦਾ ਹੈ? ਪਰ ਜੇ ਤੁਸੀਂ ਮਿਲ ਕੇ ਵਿਵਾਦ ਖੜੇ ਕਰਨੇ ਨੇ, ਤੁਸੀਂ ਫੋਟੋਆਂ ਪਾਉਣ ਵਾਲਾ ਮਕਸਦ ਹੀ ਆ ਕਿ ਮੈਂ ਮਿਲ ਕੇ ਫਿਰ ਫੋਟੋ ਪਾਊਂਗਾ ਫਿਰ ਮੈਂ ਵੀਡੀਓ ਪਾਊਂਗਾ, ਤਾਂ ਬੜਾ ਸਪਸ਼ਟ ਆ ਕਿ ਤੁਸੀਂ ਗੁਰੂ ਦੇ ਸੱਚੇ ਸਿੱਖ ਨਹੀਂ, ਤੁਸੀਂ ਆਪਣੇ ਸਿੱਖਾਂ ਨੂੰ ਅੰਬੈਰਸ ਕਰਨਾ ਚਾਹੁੰਦੇ ਜੀ ਉਹਨਾਂ ਦੇ ਮੁਲਕ ਦੇ ਅੰਦਰ। ਤੁਹਾਡਾ ਧੰਨਵਾਦ। ਇਹ ਸਨ ਮਨਜਿੰਦਰ ਸਿੰਘ ਸਰਸਾ ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ। ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਗੋਪਾਲ ਸਿੰਘ ਚਾਵਲਾ ਨੂੰ ਮਿਲਣ ਦੇ ਉੱਪਰ ਕਿ ਇਹ ਚਾਹ ਪੀ ਰਹੇ ਸਨ, ਬੈਠੇ ਹੋਏ ਸਨ, ਹਾਲਾਂਕਿ ਇਹਨਾਂ ਨੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਗੋਪਾਲ ਸਿੰਘ ਚਾਵਲਾ ਆਪ ਆਏ ਸਨ ਪਰ ਇਹਨਾਂ ਵੱਲੋਂ ਮਨ੍ਹਾ ਕਰ ਦਿੱਤਾ ਗਿਆ। ਇਹਨਾਂ ਨੇ ਨਗਰ ਕੀਰਤਨ ਬਾਰੇ ਵੀ ਦੱਸਿਆ ਕਿ 1 ਤਰੀਕ ਨੂੰ ਹੀ ਨਗਰ ਕੀਰਤਨ ਸਜਾਇਆ ਜਾਏਗਾ। ਕੈਮਰਾਮੈਨ ਅਮਰੀਕ ਟੁੰਨਾ ਦੇ ਨਾਲ ਰਣਦੀਪ ਸਿੰਘ, ਨਨਕਾਣਾ ਸਾਹਿਬ, ਪਾਕਿਸਤਾਨ।